ਪਾਸੇ ਫਿਰਦੀ ਹੋਵੇ ਨਾ, ਰੂਮ ਸਪਰੇਅ ਦੀ ਲੋੜ ਕੋਈ। ਸੱਚੀ ਅੱਜ ਤੇ ਵਾਕਈ ਰੂਮ ਸਪਰੇਅ ਦੀ ਲੋੜ ਕੋਈ ਨੀ। ਅੱਜ ਘਰ ਦੇ ਹਾਲਾਤ ਕੀਤੇ ਪਏ ਨੇ ਇਸ ਤਰ੍ਹਾਂ, ਅੱਜ ਹੋਈ ਵੀ ਮੈਂ ਕਹਿੰਦਾ ਤਬਾਹੀ ਮੱਚੀ ਪਈ ਹੈ ਸੱਚੀ। ਤੁਹਾਡੇ ਤੁਹਾਡੀ ਮੈਂ ਬੇਨਤੀ ਕਰਦਾ, ਜੇ ਕਹਿੰਦੇ ਤੇ ਜਿੰਨੀ ਕੁ ਮੁਸਕ ਵੀ ਖੁਸ਼ਬੂ ਆਉਂਦੀ ਪੀ ਨਾ, ਅਸਤਗਫਿਰੁੱਲਾ। ਸਾਰੀ ਉਮਰ ਵਾਹਾਂ ਚ ਪੱਲੀਆਂ ਨੇ ਮੂੰਹ ਪੂੰਜਣੇ ਤੇ ਹੁਣ ਟਿਸ਼ੂ ਫੜੀ ਨਾ। ਲਓ ਜੀ ਮੁੰਡਿਆਂ ਨੂੰ ਲਾ ਲਈ ਰੇਸ, ਵੇਖਦੇ ਕਿਹੜਾ ਬੈਸਟ ਘੁੰਮਾਉਂਦਾ। ਸਪੀਡ ਨਾਲ ਸਪੀਡ ਨਾਲ ਆਇਆ ਤੇ ਬਹੁਤ ਸਲੋ ਹੈ ਇਸ ਤਰ੍ਹਾਂ ਕਿ ਇਸ ਤਰ੍ਹਾਂ। ਅਸਲਾਮ ਵਾਲੇਕੁਮ, ਕੈਸੇ ਆਪ ਸਭ? ਉਮੀਦ ਹੈ ਕਿ ਸਭ ਖੈਰ ਖਰੀਦ ਹੋਗੇ, ਸਿਹਤ ਵੀ ਠੀਕ ਹੋਗੀ, ਬਿਲਕੁਲ ਫਿਟ ਫਾਟ ਹੋਗੇ। ਲਓ ਜੀ ਨਾਸ਼ਤਾ ਬਣ ਚੁੱਕਾ ਹੋਇਆ, ਨਾਸ਼ਤਾ ਬਣ ਚੁੱਕਾ ਹੋਇਆ ਹੈ ਕਿ ਦੇ ਲੱਗੇ ਨਾਸ਼ਤਾ ਜਿਹੜਾ ਠੰਡਾ ਹੋ ਚੁੱਕਾ। ਬੇਬੇ ਨਾਸ਼ਤਾ ਬਣਾਉਣ ਡਈ ਸੀ ਬੇਬੇ, ਅਤੇ ਮੈਂ ਉੱਠਿਆ ਤੋਂ ਉੱਠ ਕੇ ਮੈਨੂੰ ਐਕਸਰਸਾਈਜ਼ ਚੇਤੇ ਆ ਗਈ, ਫਿਰ ਮੈਂ ਕੱਲ੍ਹ ਨਹੀਂ ਸੀ ਕੀਤੀ ਐਕਸਰਸਾਈਜ਼ ਕੀਤੀ ਹੈ। ਐਕਸਰਸਾਈਜ਼ ਕਰਕੇ ਬਾਬਾ ਜੀ ਮੈਂ ਚੱਲ ਲਾਂ ਗਿਆ ਸ਼ਾਵਰ ਲੈਣ ਵਾਸਤੇ, ਅਤੇ ਹੁਣ ਸ਼ਾਵਰ ਲੈਂਦੇ ਲੈਂਦੇ ਮੇਰਾ ਜਿਹੜਾ ਨਾ ਹਰ ਚੀਜ਼ ਠਾਠ ਠੁਰ ਚੁੱਕੀ ਹੋਈ ਹੈ। ਬੇਬੇ ਨੇ ਬਾਬਾ ਜੀ ਆਂਡੇ ਛਾਂਡੇ ਬਣਾ ਕੇ ਜੈਮ ਸ਼ੈਮ ਰੱਖ ਕੇ, ਚਾਹ ਵੀ ਮੈਨੂੰ ਲੱਗਦਾ ਠੰਡੀ ਹੋ ਗਈ ਕਿਉਂਕਿ ਚਾਹ ਦੇ ਥੱਲੇ ਬਾਲਦੀ ਹੈ ਚੁੱਲ੍ਹਾ। ਚਾਹ ਮਾੜੀ ਜੀ ਗਰਮ ਹੋ ਜੇ, ਬੇਬੇ ਐਕਸ਼ਨ ਟੈਸ਼ਨ ਨਹੀਂ, ਬਸ ਹੁਣ ਵਲੋਗਿੰਗ ਵਾਲੀ ਜ਼ਿੰਦਗੀ ਐਵੇਂ ਦੀ ਤੁਹਾਨੂੰ ਪਤਾ, ਫਿਰ ਇਹਦੇ ਚੱਕੀ ਤਾਂ ਲੇਟ ਮੇਟ ਹੁੰਦੇ ਨੇ ਬਈ, ਨਾਸ਼ਤਾ ਤੇ ਫਿਰ ਲੇਟ ਸ਼ੇਟ ਹੁੰਦਾ ਰਹਿੰਦਾ। ਟਾਈਮ ਨਾਲ ਹੀ ਉੱਠੇ ਅੱਜ ਤੇ ਸੁਬਹਾ, ਹੁਣ ਕੋਈ 7 ਵਜੇ ਨਾਲ ਲੈਣੇ ਸਿਰਫ, ਹੈ 8 ਨਹੀਂ 7 ਵਜੇ ਨਾਲ ਲੈਣੇ ਜਨਾਬ ਜੀ, ਟਾਈਮ ਚੈੱਕ ਕਰੋ 7 ਵਜੇ ਨਾਲ ਲੈਣੇ। ਤੈਨੂੰ ਕਿੰਨੇ ਕਿਹਾ ਵਾ ਵੇਖ, 8 ਵਜੇ ਕੇ 5 ਮਿੰਟ ਹੋ ਗਏ, ਮਤਲਬ 7 ਵਜੇ ਤਾਂ ਉੱਠਿਆ, ਉੱਠ ਕੇ ਐਕਸਰਸਾਈਜ਼ ਕੀਤੀ, ਉਸ ਤੋਂ ਬਾਅਦ ਹੁਣ ਸ਼ਾਵਰ ਲਿਆ, ਸ਼ਾਵਰ ਲੈ ਕੇ ਕੱਪੜੇ ਸ਼ਪੜੇ ਚੇਂਜ ਕੀਤੇ, ਮੈਂ ਸ਼ਲਵਾਰ ਕਮੀਜ਼ ਇਸਤਰੀ ਕਰਨ ਲੱਗਾ, ਫਿਰ ਮੈਂ ਜ਼ਿਆਦਾ ਲੇਟ ਹੋ ਜਾਣਾ। ਕੱਪੜੇ ਪ੍ਰੈਸ ਕਰਦੇ ਹਾਂ, ਠੀਕ ਹੈ, ਹੁਣ ਪਹਿਲੇ ਨਾਸ਼ਤਾ ਕਰ ਲਈਏ, ਚਾਹ ਗਰਮ ਹੁੰਦੀ ਹੈ, ਨਾਸ਼ਤਾ ਕਰੀਏ, ਠੀਕ ਹੈ। ਉਸ ਤੋਂ ਪਹਿਲੇ ਅਗਰ ਤੁਸੀਂ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਭ ਤੋਂ ਪਹਿਲੇ ਸਬਸਕ੍ਰਾਈਬ ਕਰੋ, ਬੈਲ ਆਈਕਨ ਪ੍ਰੈਸ ਕਰੋ, ਤਾਂ ਕਿ ਤੁਹਾਨੂੰ ਆਉਣ ਵਾਲੇ ਹਰ ਵਲੌਗ ਦਾ ਨੋਟੀਫਿਕੇਸ਼ਨ ਮਿਲਦਾ ਰਹੇ, ਠੀਕ ਹੈ। ਜਲਦੀ ਜਲਦੀ ਸਬਸਕ੍ਰਾਈਬ ਕਰੋ, ਉਹ ਤੇਰੀ ਖੈਰ, ਜਲਦੀ ਜਲਦੀ ਤੱਕ ਦਬਾਉਂਦੇ ਤੱਕੀ ਵਧੀਗੀ, ਜਲਦੀ ਜਲਦੀ ਚੱਕਰ 'ਚ ਜ਼ੁਬਾਨ 'ਤੇ ਤੱਕੀ ਵਧੀ ਗਈ ਹੈ। ਅਤੇ ਹੁਣ ਜਦੋਂ ਮੈਂ ਨਾਸ਼ਤਾ ਕਰ ਲਾਂ, ਅਤੇ ਤੁਸੀਂ ਇਹਨੂੰ ਸਬਸਕ੍ਰਾਈਬ ਕਰੋ, ਸਤਰਾਜ ਤਰਦੇ ਰਾ ਲਾਤਨ ਵਿਰਾਤ ਕਰ, ਸਤਰਾਜ ਤਰਦੇ ਸਤਰਾਜ ਦਾਦੇ ਤੇ ਵੈਲਾ ਲਾਤਨ ਦਾ ਵਿਰਾਤ ਵਿਰਾਤ। ਸਿਆਣੇ ਕਹਿੰਦੇ ਕਾਲੀ ਜਿਹੜੀ ਹੈ ਦੋ ਵਾਰੀ ਕੀ ਕਰਦੀ, ਸਪੀਡਾਂ ਲਵਾ ਦਿੰਦੇ ਹੈ। ਅਤੇ ਉਸ ਤੋਂ ਬਾਅਦ ਅੱਜ ਦੇ ਕੀ ਕੰਮ ਸ਼ਾਮ ਨੇ, ਅੱਜ ਦੇ ਕੰਮ ਸ਼ਾਮ ਕੀ ਨੇ, ਕੀ ਕੀ ਕਰਨਾ ਹੈ, ਆਪਾਂ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਦੇ ਹਾਂ। ਲੇਕਿਨ ਉਸ ਤੋਂ ਪਹਿਲੇ ਨਾਸ਼ਤਾ ਕਰੀਏ, ਠੀਕ ਹੈ। ਨਾਸ਼ਤਾ ਕਰਕੇ ਚਾਹ ਆਪਣੀ ਗਰਮ ਹੋ ਗਈ, ਉਹਨੇ ਜਿਹਨੂੰ ਕੜਾਕੇ ਮਾਰਨ ਲੱਗ ਗਈ। ਉਹ ਮੇਰੀ ਸਵੀਟ ਹਾਰਟ ਬਾਹਰ ਚੱਲੀ, ਸਵੀਟ ਹਾਰਟ ਮੇਰੀ ਬਾਹਰ ਚੱਲੀ। ਓਕੇ ਬਾਏ ਬਾਏ। A few moments later. ਸ਼ੁਕਰ ਅੱਲਾ, ਅਲਹਮਦੁਲਿਲਾ, ਅਲਹਮਦੁਲਿਲਾ। ਨਾਸ਼ਤਾ ਵਗੈਰਾ ਹੋ ਗਿਆ ਜੀ ਬਾਬਾ ਜੀ, ਅਤੇ ਹੁਣ ਆਪਾਂ ਕਰੀਏ ਅੱਜ ਦੇ ਕੰਮ ਸ਼ਮ ਸ਼ੁਰੂ। ਸਭ ਤੋਂ ਪਹਿਲੇ ਮੈਂ ਇੱਕ ਬਿੱਲ ਲੱਭਣਾ, ਠੀਕ ਹੈ। ਉਹ ਕੋਈ ਚੀਜ਼ ਪਰਚੇਜ਼ ਕੀਤੀ ਸੀ, ਉਹਦੇ 'ਚ ਆਇਆ ਮੈਨੂੰ ਥੋੜ੍ਹਾ ਜਿਹਾ ਇਸ਼ੂ, ਪਹਿਲੇ ਮੈਂ ਬਿੱਲ ਲੱਭਾਂ, ਬਿੱਲ ਲੱਭਦਾ ਕਿ ਨਹੀਂ, ਫਿਰ ਮੈਂ ਤੁਹਾਨੂੰ ਦੱਸਦਾ ਕਿ ਕੀ ਚੀਜ਼ ਉਹ ਚੀਜ਼ ਕੰਟੀਨਿਊ ਕਰਨੀ ਹੈ ਜਾਂ ਨਹੀਂ। ਅੱਛਾ ਯਾਰ, ਆਪਣੇ ਘਰੇ ਨਾ ਇੱਕ ਖਤੂਨ ਆ, ਹੈਂ, ਉਹ ਜਿਹੜੀ ਖਤੂਨ ਹੈ ਨਾ, ਉਹਦੇ ਕੋਲ ਇੰਨਾ ਕੁ ਸੂਟ ਹੈ ਨਾ, ਇੰਨਾ ਕੁ ਸੂਟ ਹੈ ਨਾ, ਅੱਗ ਲਾਇਆ ਨਹੀਂ ਮੁੱਕਦੇ, ਵੱਡਿਆਂ ਨਹੀਂ ਮੁੱਕਦੇ, ਡੇਲੀ ਦਾ ਇੱਕ ਸੂਟ ਪਾਵੇ ਤਾਂ ਨਹੀਂ ਮੁੱਕਦੇ। ਲੇਕਿਨ ਉਹ ਖਤੂਨ ਜਿਹੜੀ ਨਾ ਨਹਾਉਂਦੀ ਨਹੀਂ ਹੈ, ਕੱਪੜੇ ਨਹੀਂ ਬਦਲਦੀ, ਠੀਕ ਹੈ। ਇੰਨਾ ਕੁ ਇਸ ਘਰ ਦੇ ਵਿੱਚੋਂ ਇਸ ਟਾਈਮ ਇੰਨਾ ਕੁ ਮੁਸਕ ਆ ਰਿਹਾ ਨਾ, ਮੁਸਕ, ਹਾਏ ਮੁਸਕ,
ਮੁਸਕ ਆਉਂਦਾ ਪਿਆ ਮੁਸਕ ਬਿਬਰੀ ਰੰਗਾ ਤੈਨੂੰ ਕੀ ਪਤਾ ਮਾਵਾਂ ਦਾ ਮੁਸਕ ਕਿੱਦਾਂ ਦਾ ਮੁਸਕ ਬਿਬਰੀ ਵਰਗਾ ਸਾਰੇ ਘਰ ਚੋਂ ਇੱਤਰ ਖਿਲਰੇ ਪਏ ਨੇ ਨਾਲੋ ਤੁਹਾਡੇ ਖੁਦਾ ਦਾ ਨਾ ਹੀ ਅੱਗੇ ਤੁਹਾਡੇ ਕੇ ਹੱਥ ਜੋੜਦਾ ਮੈਂ ਤੁਹਾਡੇ ਪੈਰ ਫੜ ਲੈਣਾ ਕੱਪੜਿਆਂ ਦਾ ਰੰਗ ਵੇਖੋ ਅੱਗੋ ਕਹਿੰਦੀ ਬੇਬੇ ਕਹਿੰਦੀ ਕਿ ਕੱਪੜਿਆਂ ਦਾ ਰੰਗ ਹੀ ਐਵੇਂ ਦਾ ਮਿੱਟੀਆ ਜਾ ਕੱਪੜਿਆਂ ਦਾ ਰੰਗ ਤੇ ਮਿੱਟੀਆ ਜਾ ਪਸੀਨੇ ਦਾ ਰੰਗ ਤੇ ਮਿੱਟੀਆ ਜਾ ਨਹੀਂ ਹੈ ਆ ਪਸੀਨੇ ਦੀ ਖੁਸ਼ਬੋ ਤੇ ਮਿੱਟੀਆ ਜੀ ਨਹੀਂ ਹੈ ਨਾਲੋ ਤੁਹਾਡੀ ਮਿਹਰਬਾਨੀ ਹੈ ਮਾਂ ਦਾ ਪਸੀਨਾ ਹੁੰਦਾ ਵਾ ਅਤਰ ਫਲੀਲਾ ਰੰਗਾ ਅਤਰ ਫਲੀਲਾ ਰੰਗਾ ਤੁਹਾਡੀ ਮਿਹਰਬਾਨੀ ਆ ਅਤਰ ਫਲੀਲਾ ਲਾ ਦਿਓ ਤੁਸੀਂ ਤੁਸੀਂ ਨਾ ਸਾਦੇ ਬੰਦੇ ਬਣੋ ਤੁਸੀਂ ਜਾ ਕੇ ਪਾਣੀ ਸੁੱਟੋ ਪਿੰਡੇ ਤੇ ਨਹਾਓ ਤੁਹਾਡੀ ਮਿਹਰਬਾਨੀ ਆ ਕੀ ਸਾਰੇ ਘਰ ਚੋਂ ਇਸ ਟਾਈਮ ਮੈਂ ਕਹਿੰਦਾ ਨਾਸਾਂ ਧੂੰ ਹੋਈਆਂ ਪਈਆਂ ਨੇ ਮੇਰਾ ਜੀ ਕਰਦਾ ਮੈਂ ਨਾ ਰੂੰ ਦੀਆਂ ਗਰੋਲੀਆਂ ਹੀ ਵਾਲਾਂ ਤੇ ਨੱਕ ਦੇ ਵਿੱਚ ਦੇ ਲਾਂ ਦੋਹਾਂ ਪਾਸੇ ਫਿਰਦੀ ਹੋਵੇ ਨਾ ਹਾਂ ਤੇ ਰੂਮ ਸਪਰੇਅ ਦੀ ਲੋੜ ਕੋਈ ਸੱਚੀ ਅੱਜ ਤੇ ਵਾਕਈ ਰੂਮ ਸਪਰੇਅ ਦੀ ਲੋੜ ਕੋਈ ਨੀ ਅੱਜ ਘਰ ਦੇ ਹਾਲਾਤ ਕੀਤੇ ਪਏ ਨੇ ਇਸ ਤਰ੍ਹਾਂ ਅੱਜ ਹੋਈ ਵੀ ਮੈਂ ਕਹਿੰਦਾ ਤਬਾਹੀ ਮੱਚੀ ਪਈ ਆ ਸੱਚੀ ਤੁਹਾਡੇ ਤੁਹਾਡੀ ਮੈਂ ਬੇਨਤੀ ਕਰਦਾ ਜੇ ਕਹਿੰਦੇ ਤੇ ਜਿੰਨੀ ਕੁ ਮੁਸਕ ਬੀਬੀ ਦੀ ਖੁਸ਼ਬੂ ਆਉਂਦੀ ਪਈ ਨਾ ਅਸਤਗਫਿਰੁੱਲਾ ਮਾਫ ਕਰੇ ਯਾ ਅੱਲਾ ਮਾਫ ਕਰਨਾ ਮਾਫ ਕਰਨਾ ਮਾਫ ਕਰਨਾ ਤੋਬਾ ਕਿੱਡੀ ਉਹਦੇ 'ਚ ਮੈਂ ਪਤਾ ਕੀ ਕਹਿੰਦਾ ਉਹਦੇ 'ਚ ਮਾੜਾ ਜਿਹਾ ਪਾ ਕੇ ਨਾ ਜਾਮੇ ਸ਼ੀਰੀ ਠੀਕ ਹੈ ਉਹ ਡਾਇਟ ਹੁੰਦਾ ਉਹਨੂੰ ਤੁਸੀਂ ਆਪ ਪੀਓਗੇ ਨਾ ਤੁਹਾਡੀ ਚਰਬੀ ਖੁਰੇਗੀ ਤੁਹਾਡਾ ਮੋਟਾਪਾ ਘਟੇਗਾ ਬਸ ਕਰੋ ਕਿੱਡੀਆਂ ਗਲੀਸ ਗੰਦੀਆਂ ਗੱਲਾਂ ਕਰਦੇ ਬਸ 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 ਮੇਰੇ ਕੋਲ ਨਹੀਂ ਸੁਣਿਆ ਜਾ ਰਿਹਾ ਮੈਂ ਨਹੀਂ ਸੁਣ ਸਕਦਾ ਬਸ 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 ਮਾਂ ਦਾ ਪਸੀਨਾ ਜਿਹੜਾ ਨਾ ਉਹ ਤੇਰੇ ਵਾਸਤੇ ਵਿਸਕੀ ਦਾ ਕੋਟ ਵਿਸਕੀ ਸਲਾਮ ਚ ਹਰਾਵਾ ਮੈਂ ਵਿਸਕੀ ਪਸੰਦ ਨਹੀਂ ਕਰਦਾ ਮੈਨੂੰ ਇਹ ਮੈਨੂੰ ਵਿਸਕੀ ਵਿਸਕੀ ਨਹੀਂ ਪਸੰਦ ਵੀਡੀਓ ਵੇਖੀ ਮੈਂ ਪੰਜਾਬੀ ਇੰਡੀਆ ਦੀ ਹਾਂ ਉਹਨਾਂ ਮੈਂ ਥੋੜਾ ਸੀਰੀਅਸ ਨਾ ਹਾਂ ਉਹ ਹੈਗੀ ਸੀ ਕਿੰਦੀ ਭਲਾ ਸਨੀ ਦੇਵਲ ਦੀ ਟਰੱਕ ਚਲਾਉਂਦੇ ਹੁੰਦੇ ਟਰੱਕ ਜਾਂਦੇ ਤੇ ਜਿਹੜਾ ਨਾਲ ਦਾ ਹੁੰਦਾ ਨਾ ਮੋਟਾ ਜਿਹਾ ਉਹਦਾ ਨਾਂ ਨਹੀਂ ਹੁੰਦਾ ਮੇਲਾ ਫਿਲਮ ਆ ਬੜਾ ਮੂਤਰ ਆਇਆ ਹੁੰਦਾ ਆਹੋ ਜਿੰਦੇ ਚੋਂ ਕੁੜੀ ਨੱਚਦੀ ਪਈ ਹੁੰਦੀ ਹਾਂ 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 ਮੇਲਾ ਮੇਲਾ ਉਹ ਬੋਤਲ ਚ ਮੂਤ ਕੇ ਪੁਲਿਸ ਵਾਲਾ ਖੜਾ ਤੇ ਉਹਨੂੰ ਫੜਾ ਦਿੰਦਾ ਜਦੋਂ ਪੀਂਦਾ ਨਾ ਕਹਿੰਦਾ ਨਜ਼ਾਰੇ ਆ ਗਏ ਅਸਤਗਫਿਰੁੱਲਾ ਤੁਸੀਂ ਉੱਠ ਕੇ ਨਾਓ ਕਿੱਡੀਆਂ ਗਲੀਜ਼ ਤੇ ਗੰਦੀਆਂ ਗੰਦੀਆਂ ਗੱਲਾਂ ਕਰਦੇ ਤੋਬਾ ਅੱਲਾ ਮਾਫ ਕਰੇ ਆਏ ਹਾਏ ਹਾਏ ਯਾਰ ਕਿੰਨਾ ਦੀਆਂ ਮਾਵਾਂ ਗੰਦੀਆਂ ਗੱਲਾਂ ਕਰਦੇ ਤੋਬਾ 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 ਨਾਲੋ ਤੁਹਾਡੀ ਮਿਹਰਬਾਨੀ ਜੇ ਨਾਲੋ ਨਾਲੋ ਬਾਹਰ ਮੀਂਹ ਰੁਕਿਆ ਪਿਆ ਬੱਦਲ ਵੇਖ ਲਓ ਬੱਦਲ ਹੋਏ ਪਏ ਨੇ ਬਾਹਰ ਮੀਂਹ ਨਹੀਂ ਪੈਣਾ ਸਿਰਫ ਇੱਕ ਤੁਹਾਡੀ ਵਜ੍ਹਾ ਤੋਂ ਤੁਹਾਡੀ ਵਜ੍ਹਾ ਤੋਂ ਅੱਜ ਮੀਂਹ ਨਹੀਂ ਪੈ ਰਿਹਾ ਜੇ ਹੁਣ ਮੀਂਹ ਪੈ ਜਾਣਾ ਸੀ ਗਰਮੀ ਘੱਟ ਜਾਏਗੀ ਯਾਰ ਤੂੰ ਸਿਹਤ ਖਾਤਾ ਐਸੇ ਖੁਸ਼ੀ ਚ ਨਾਲੋ ਆ ਤੇ ਨਾਉਂਗੀ ਇਸ ਚੱਲ ਤੇ ਹੀ ਤੂੰ ਨਾ ਨਾ ਬੇਬੇ ਤੇਰੀ ਮਿਹਰਬਾਨੀ ਹੋ ਤੂੰ ਨਾ ਨਾ ਤੇਰੀ ਮਿਹਰਬਾਨੀ ਹੋ ਤੂੰ ਨਾ ਨਾ ਜੇ ਇਹ ਸ਼ਰਤ ਹੈ ਨਾ ਤੁਸੀਂ ਨਾ ਨਾ ਮੈਂ ਕਹਿੰਦਾ ਤੁਸੀਂ ਇੰਜ ਰੋ ਇੱਤਰ ਦੀ ਕੁਛ ਬੋਲਣ ਦੀ ਮੈਂ ਜਿਹੜਾ ਨਾ ਸਪਰੇਅ ਛਿੜਕ ਲੈਣਾ ਅੱਲਾ ਮਾਫ ਕਰੇ ਅਸਤਗਫਿਰੁੱਲਾ ਅਸਤਗਫਿਰੁੱਲਾ ਮੈਂ ਕਹਿੰਦਾ ਨੱਕ ਬਦੂਕ ਕੀਤਾ ਪਿਆ ਖੁੱਲ ਵੀ ਨੱਕ ਬਦੂਕ ਕੀਤਾ ਪਿਆ ਮੈਂ ਜਿਹੜਾ ਨਾ ਤੁਸੀਂ ਨਹੀਂ ਇੰਜ ਹਟਣਾ ਤੁਹਾਡੇ ਚ ਬੋਹਣ ਡੇ ਜੇ ਬੋਹ ਤਾਂ ਸੁੱਟੀ ਦਿੰਦੀ ਆ ਵੇਖੋ ਮੈਂ ਕਲੀਆਂ ਵਾਲੀ ਮੈਂ ਕਲੀਆਂ ਵਾਲੀ ਸੁੱਟੀ ਝੋਲੀਆਂ ਚ ਮੋਤ ਮੋਤ ਕੇ ਹੱਗ ਹੱਗ ਕੇ
ਮੇਰੇ ਪਸੀਨੇ ਵਾਲੀ ਚੁੰਨੀ ਦਰਦ ਹੋ ਕੇ ਵੀ ਮੇਰੇ ਪਸੀਨੇ ਨੂੰ ਐਂ ਕਰ, ਮੇਰੇ ਪਸੀਨੇ ਨੂੰ ਐਂ ਕਰ, ਤਵਾ 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 ਹੁਣ ਪਸੀਨਾ ਆ ਜਾ ਰਹੀ ਮਾਂ ਦਾ ਪਸੀਨਾ ਵਿਸਕੀ ਵਰਗਾ ਵਿਸਕੀ ਪੀਓ ਨਹੀਂ ਹੈ ਮੈਂ ਨੀ ਵਿਸਕੀਆਂ ਪੀਂਦਾ ਮੈਨੂੰ ਵਿਸਕੀਆਂ ਨਾ ਮੈਨੂੰ ਵਿਸਕੀਆਂ ਪਸੰਦ ਤੁਸੀਂ ਉੱਠ ਕੇ ਨਾਓ ਤੁਹਾਡੀ ਮਿਹਰਬਾਨੀ ਹੈ ਮੈਂ ਕਹਿੰਦਾ ਮੇਰੀਆਂ ਮੈਨੂੰ ਦਰਦ ਕੋਈ ਹੈ ਨੀ ਮੈਂ ਤੇ ਘੋੜੇ ਰਹਿੰਦਾ ਮੇਰੇ ਕੋਲ 5 ਕਿੱਲੇ ਵੰਨ ਕਢਾ ਲਓ ਮੈਂ ਕਹਿੰਦਾ 10 ਕਿੱਲਿਆਂ ਦਾ ਮੈਂ ਖਾਲਾ ਖਾਲ ਦੂ ਮੈਂ 10 ਕਿੱਲਿਆਂ ਦਾ ਖਾਣਾ ਖਾ ਦੂੰ ਮੈਨੂੰ ਕੋਈ ਮੈਨੂੰ ਕੋਈ ਸ਼ੈ ਨਹੀਂ ਮੈਨੂੰ ਆਹ ਵਿਸਕੀ ਐਵੇਂ ਦੀ ਚੜ੍ਹੀ ਆ ਵਿਸਕੀ ਮੇਰੇ ਦਿਮਾਗ ਨੂੰ ਮੈਂ ਕਹਿੰਦਾ ਮੇਰੀਆਂ ਪੱਠੇ ਖੁੱਲ੍ਹ ਕੇ ਮੇਰੀਆਂ ਆਂਦਰਾਂ ਮੇਰੇ ਨਾੜਾਂ ਮੇਰੇ ਅੰਗ ਅੰਗ ਖੁੱਲ੍ਹ ਗਿਆ ਉਹ ਕਹਿੰਦਾ ਨਾ ਅੰਗ ਅੰਗ ਪੀੜ ਕਰੇ ਮੈਂ ਕਰਦੀ ਰਹੀ ਟਕੋਰ ਮੇਰਾ ਐਂਚ ਅੰਗ ਅੰਗ ਖੁੱਲ੍ਹ ਗਿਆ ਆਏ ਹਾਏ ਹਾਏ ਉੱਠ ਕੇ ਨਾ ਲਓ ਤੁਹਾਡੀ ਮਿਹਰਬਾਨੀ ਜੇ ਜੇ ਬੇਬੇ ਨਾ ਨਦੀ ਨਾ ਮੈਂ ਅੱਜ ਪੈਪ ਲਾ ਕੇ ਨਵਾ ਦੇਣਾ ਜਿਵੇਂ ਮੱਝਾਂ ਨਹੀਂ ਨਵਾਈ ਦੇਣੀਆਂ ਐਂਜ ਕਰਕੇ ਮਾਸ਼ਾ ਅੱਲਾ ਜਣੀ ਮਾਝ ਹੋ ਰਹੀ ਹੈ ਵਾਕਈ ਦੁਕਾਨ ਤੇ ਕੁਛ ਸ਼ੈਲਨ ਜਾਈ ਨਾ ਵੇ ਤੈਨੂੰ ਅਸਰ ਨਹੀਂ ਹੁੰਦਾ ਉਹ ਖਾਤਰ ਮੈਂ ਕਦੇ ਨੀ ਕਹਿਣ ਨਹੀਂ ਹੈ ਹੈ ਤੂੰ ਕੀ ਇੱਧਰ ਉੱਧਰ ਉਂਗਲਾ ਮਾਰ ਜਾਂਦਾ ਉਹ ਨਿੱਕੇ ਨਿੱਕੇ ਬਾਲ ਹੁੰਦੇ ਦੁਕਾਨਾਂ ਤੇ ਲੱਗੇ ਇੱਕ ਵਾਰੀ ਕੰਬ ਜਾਂਦੇ ਲੱਤਾਂ ਤੋਂ ਕਰਕੇ ਇੱਕ ਦਿਨ ਮੈਂ ਅੰਦਰ ਸੁੱਤਾ ਪਿਆ ਉੱਥੇ ਬੈਠ ਕੇ ਇੱਥੇ ਪਏ ਨੇ ਮੈਨੂੰ ਦਬਕਾ ਮਾਰਿਆ ਵੇ ਉੱਠਦਾ ਨੀ ਓਏ ਹੋਏ ਹੋਏ ਮੈਂ ਕੋਈ ਕੰਬਿਆ ਮੇਰਾ ਤੇ ਕਾਲਜਾ ਬਾਹਰ ਨੂੰ ਆਇਆ ਮੈਂ ਉੱਭਰ ਕੇ ਵੱਜਿਆ ਮੈਂ ਕੋਈ ਗਹਿਰੀ ਨੀਂਦ ਦੇ ਵਿੱਚ ਸੀਗਾ ਮੈਂ ਕਹਿੰਦਾ ਮੇਰੇ ਗੁਰਦੇ ਫਿਫੜੇ ਆਂਦਰਾਂ ਇੱਕ ਇੱਕ ਸ਼ੈ ਹਿੱਲੀ ਹਰ ਸ਼ੈ 'ਚ ਇੰਜ ਕਰੰਟ ਆਇਆ ਐਨਰਜੀ ਆ ਗਈ ਛੱਡ ਗੱਲ ਅਸਰ ਮੈਂ ਕਹਿੰਦਾ ਅਸਰਾਂ ਦੇ ਅਸਰ ਕਰਾਤੇ ਫਾਈਨਲੀ ਧੱਕੇ ਛੱਕੇ ਲਾ ਕੇ ਮੈਂ ਕਹਿੰਦਾ ਲੜ ਰਹੀਆ ਕਰਕੇ ਤੇ ਬਾਬਾ ਜੀ ਆਪਾਂ ਰਾਂਝਣਾ ਨੂੰ ਦਿੱਤਾ ਨਵਾ ਰਾਂਝਣਾ ਨੇ ਸ਼ੁਕਰ ਨਹਾ ਕੇ ਸੂਟ ਬਦਲਿਆ ਤੇ ਘਰ ਦੇ ਵਿੱਚ ਜਿਹੜਾ ਨਾ ਹੁਣ ਸਮੈਲ ਕੋਈ ਭੋਰਾ ਘੱਟੀ ਰਾਂਝਣਾ ਤੁਹਾਡੇ ਜਿਹੜਾ ਨਾ ਰਾਂਝਣਾ ਦੇ ਨਹਾਉਣ ਦੀ ਖੁਸ਼ੀ 'ਚ ਮੈਂ ਕਿਹਾ ਰਾਂਝਣਾ ਨਹਾ ਰਹੀ ਹੈ ਰਾਂਝਣਾ ਕਹਿੰਦੀ ਸੀ ਮੇਰੇ ਦਿਲ ਨੂੰ ਨਾ ਘਾਉਵਾਂ ਹੋ ਰਹੀ ਹੈ ਅਤੇ ਰਾਂਝਣਾ ਨੇ ਨਾ ਕੋਈ ਕੌਣ ਛੌਣ ਕੋਈ ਆਈਸਕ੍ਰੀਮ ਉਸਕ੍ਰੀਮ ਲਿਆ ਕੇ ਦੇਈਏ ਰਾਂਝਣਾ ਨੂੰ ਰਾਂਝਣਾ ਤੁਹਾਡੇ ਲਈ ਮੈਂ ਲਿਆਂਦੀ ਆਈਸਕ੍ਰੀਮ ਠੀਕ ਹੈ ਇਮੋਸ਼ਨਲ ਬਲੈਕਮੇਲ ਕਰਦੀਆਂ ਵੇਖੋ ਪਤਾ ਨੀ ਸਾਵਾਂ ਦਾ ਕੀ ਪਤਾ ਖਾਣੀ ਕਿ ਨਹੀਂ ਬਾਅਦ ਵਿੱਚ ਹੈ ਤੇ ਇੰਜ ਕਰਕੇ ਵੇਲਾ ਰੋਜ਼ ਜਿਹੜੀਏ ਸਾਡੇ ਇਹੀ ਟੋਪਿਕ ਚੱਲਦਾ ਮਾੜਾ ਕੁਛ ਖਾਣਾ ਪੈਣਾ ਪਤਾ ਨੀ ਸਾਵਾਂ ਦਾ ਕੀ ਪਤਾ ਕਦ ਮੁੱਕ ਜਾਣੇ ਨੇ ਖਾ ਪੀ ਲਈਏ ਪਤਾ ਨਹੀਂ ਸਾਵਾਂ ਦਾ ਕੀ ਪਤਾ ਕਦ ਮੁੱਕ ਜਾਣੇ ਨੇ ਖਾ ਪੀ ਲਈਏ ਇੱਕ ਆ ਸਾਵਾਂ ਵਾਲਾ ਜਿਹੜਾ ਇਮੋਸ਼ਨਲ ਬਲੈਕ ਹੁੰਦਾ ਨਾ ਮਾਵਾਂ ਦਾ ਇਹਦੇ ਵਿੱਚ ਨਾ ਆਖੋ ਇਹ ਝਾਂਸਾ ਹੁੰਦਾ ਇਹ ਸਾਰਾ ਸਾਰਾ ਇੱਕ ਜਾਲ ਹੁੰਦਾ ਜਿਹੜਾ ਮਾਵਾਂ ਇੰਜ ਘੁਮਾ ਕੇ ਸੁੱਟਦੀਆਂ ਸਿਰ ਦੇ ਉੱਤੋਂ ਦੀ ਪੂਰੇ ਦਾ ਪੂਰਾ ਨਿਆਣਾ ਵਿੱਚ ਮਲ ਕੇ ਨਾ ਤਾਂ ਕਹੋ ਮੱਕਾ ਹੁਣ ਇੱਕ ਸ਼ਰਤ ਹੈ ਇਹ ਆਈਸਕ੍ਰੀਮਾਂ ਨੇ ਤੁਹਾਡੇ ਕੋਲ ਦੋ ਅਤੇ ਇਹ ਦੋ ਚੱਕੀਆਂ ਹੋਣੀਆਂ ਚਾਹੀਦੀਆਂ ਤੁਹਾਡਾ ਕੰਮ ਇਹਨੂੰ ਖੋਲੋ ਪੂਰੀ ਦੀ ਪੂਰੀ ਛਾਪਰ ਲਾਓ ਸਾਰਾ ਇੱਕ ਵਾਰੀ ਐਂਡ ਕਰ ਲਓ ਲੈ ਹੁਣ ਮਾਸ਼ਾਅੱਲਾ ਇਹ ਦੋ ਤੁਸੀਂ ਇੰਜ ਖਾਣੇ ਨੇ ਚਸਕੇ ਨਾ ਮੈਂ ਤੁਹਾਨੂੰ ਤੀਜੀ ਲਿਆ ਦੇਣਾ ਹੋਰ ਇਹ ਤੁਸੀਂ ਦੋ ਇੰਜ ਖਾਓ ਚਸਕੇ ਨਾ ਮੈਂ ਤੁਹਾਨੂੰ ਤੀਜੀ ਹੋਰ ਲਿਆ ਦੇਣਾ ਅਸਤਗਫਿਰੁੱਲਾਹ ਹਾਂਜੀ ਸਵਾਦੀ ਹੈ ਨਵਾਂ ਫਲੇਵਰ ਲੈ ਕੇ ਆਇਆ ਜਿਹੜਾ ਕਹਿੰਦਾ ਸੀ ਮੈਂ ਨਹੀਂ ਖਾਣੇ ਸਾਰੀ ਤੁੰਨ ਗਿਆ ਯਾਰ ਮੈਂ ਤਾਂ ਸਿਰਫ ਟੇਸਟ ਕਰ ਰਿਹਾ ਮੈਂ ਆਈਨੀ ਕਿ ਲਈ ਮੈਂ ਆਈਨੀ ਮੇਰੇ ਹੱਥੋਂ ਬੜੀ ਸਾਰੀ ਖਾ ਗਿਆ ਆਣ ਨੂੰ ਤਾਂ ਮੈਂ ਚੁਰਲੀ ਜਿਹੀ ਹੋਈ ਕਿਆ ਬਣਾ ਲਓ ਜੀ ਪ੍ਰੀਤੋ ਰੁੱਸ ਗਈ ਹੈ ਪ੍ਰੀਤੋ ਤੂੰ ਕਿਹਾ ਮੈਂ ਨਹੀਂ
ਖਾਣੀ। ਮੈਂ ਸਿਰਫ ਟੇਸਟ ਕੀਤੀ ਆ, ਇੱਕ ਬੰਦੇ ਨੇ ਵੈਸੇ ਵੀ ਇੱਕ ਹੁੰਦੀ ਹੈ। ਟੇਸਟ ਇੰਨੀ ਕੁ ਹੁੰਦੀ ਆ, ਸਬੂਤੀ ਡਗੜ ਗਿਆ। ਅਸਤਗਫਿਰ, ਹੈ ਕਿਡੀ ਇੰਨੀ ਤੇ ਐਕਸਪੋਰਟ ਹੈ ਜਿਹੜੀ ਹੈ। ਪਰਸੀਨੀ ਹੈ, ਖਾ ਕੁਲਫੀ। ਕਿੰਨੇ ਤੂੰ ਮੇਰਾ ਨਾਂ ਰੱਖ ਦਿੰਦਾ ਵਾ। ਲੈ ਪਰਸੀਨੀ ਹੈ, ਖਾ ਕੁਲਫੀ, ਅੱਜ ਤੋਂ ਬਾਅਦ ਤੇਰਾ ਨਾਮ ਫਿਰ ਪਰਸੀਨੀ। ਪਰਸੀਨੀ ਭਲਾ ਕਿਉਂ, ਪਰਸੀਨਾ ਕਿਹਨੂੰ ਕਹਿੰਦੇ? ਪਰਸੀਨੇ ਤੋਂ ਨਿਕਲਿਆ ਪਰਸੀਨੀ, ਕਿਆ ਨਾਮ ਹੈ! ਆਏ ਹਾਏ ਹਾਏ ਹਾਏ, ਲੈ ਪਰਸੀਨੀ ਹੈ, ਖਾ ਕੁਲਫੀ। ਤੇਰਾ ਨਾਂ ਕੀ ਰੱਖਦੇ ਨੇ? ਪੱਗਰ। ਪਰਸੀਨੀ ਹੋਰ ਕੁਛ ਦਵਾਂ? ਤੇਰਾ ਨਾਂ ਰੱਖਦੇ ਨੇ ਪੱਗਰ। ਪਰਸੀਨੀ ਕੋਈ ਆਈਸਕ੍ਰੀਮ ਹੋਰ ਚਾਹੀਦੀ ਹੋਵੇ, ਪਰਸੀਨੀ ਕੋਈ ਪਾਪੜ ਚਾਹੀਦਾ। ਪਰਸੀਨੀ ਮੈਨੂੰ ਕੁਛ ਸੁਣਾਈ ਨਹੀਂ ਦੇ ਰਿਹਾ, ਮੈਨੂੰ ਕੁਛ ਸੁਣਾਈ ਨਹੀਂ ਦੇ ਰਿਹਾ। ਮਾਂ ਆਪ ਕੀ ਬੋਲ ਰਹੇ? ਮੇਰਾ ਹਿਸਾਬ ਖਾ ਕੇ। ਤੋਬਾ ਤੋਬਾ ਤੋਬਾ, ਵੇਖੋ ਪਰਸੀਨੀ ਦਵਾ ਦਵ ਰਗੜੀ ਜਾ ਰਹੀ ਹੈ। ਪਰਸੀਨੀ ਨੇ ਕੱਢ ਰਗੜੇ ਦਿੱਤੇ ਨੇ। ਮੈਂ ਕਹਿੰਦਾ ਪਰਸੀਨੀ ਵੇਖੋ ਕਿਵੇਂ ਪੋਟੇ ਲਿਬੜੇ ਪਏ ਨੇ, ਬੋਲ ਲਿਬੜੇ ਪਏ ਨੇ ਪਰਸੀਨੀ ਦੇ। ਲਵੋ ਲਵਾਉਣ ਵੀ ਪਰਸੀਨੀ ਖਾ ਕੇ ਆਈਸਕ੍ਰੀਮਾਂ ਤੇ ਕੁਲਫੀਆਂ। ਪਰਸੀਨੀ ਨੇ ਵੇਖੋ, ਮੈਂ ਕਹਿੰਦਾ ਪਰਸੀਨੀ ਨੂੰ ਪਰਸੀਨੇ ਛੁੱਟੇ ਪਏ ਨੇ। ਪਰਸੀਨੀ ਆਲ, ਪਰਸੀਨੀ ਨੇ ਬਾਬਾ ਜੀ ਕਰ ਦਿੱਤਾ ਕਤਲ। ਆਈਸਕ੍ਰੀਮ ਪਰਸੀਨੀ ਨੇ ਕਰਤੀ ਹੈ ਕਾਉਂ ਹੋ ਗਈ ਆਈਸਕ੍ਰੀਮ ਤੇ। ਹੁਣ ਬਾਬਾ ਜੀ ਪਰਸੀਨੀ ਫਿਰ ਪਰਸੀਨਿਆਂ ਨੇ ਭਿੱਜੀ ਵੀ ਤੇ ਪਰਸੀਨੀ ਅੱਖਾਂ ਚਮਕਦੇ। ਪਰਸੀਨੀ ਬਾਬਾ ਜੀ ਘੂਰੀਆਂ ਪਾਈ ਜਾ ਰਹੀ ਹੈ। ਪਰਸੀਨੀ ਨੂੰ ਆ ਰਿਹਾ ਗੁੱਸਾ। ਪਰਸੀਨੀ ਵੇਖੋ ਕਿਵੇਂ ਨੈਨਕ 'ਚ ਬਦਲੀ ਜਾ ਰਹੀ ਹੈ, ਜਿਵੇਂ ਨਾਗਰ ਹੁੰਦੀ। ਓਕੇ ਕਰ ਪਰਸੀਨੀ। ਸਾਰੀ ਉਮਰ ਪੱਲੀਆਂ ਨਾ ਮੂੰਹ ਪੂੰਝ ਪੂੰਝ ਕੇ ਤੇ ਹੁਣ ਉੱਥੋਂ ਟਿਸ਼ੂ ਫੜੀ ਨਾ। ਵਾਹ, ਬੇਬੇ ਵੀ ਆਈ ਪੀ। ਸਾਰੀ ਉਮਰ ਵਾਹਾਂ 'ਚ ਪੱਲੀਆਂ ਨਾ ਮੂੰਹ ਪੂੰਝੇ ਨੇ ਤੇ ਹੁਣ ਟਿਸ਼ੂ ਫੜੀ ਨਾ। ਕਿੱਥੇ ਮੌਕੇ ਤੇ ਚੋਗਾ, ਇਹਨੂੰ ਕਹਿੰਦੇ ਨੇ ਮੌਕੇ ਤੇ ਚੋਗਾ। ਕਿਵੇਂ ਦੇਣ 'ਚ ਗੱਲ ਹੈ, ਇੱਕ ਵਾਰੀ ਸਾਰੀ ਉਮਰ ਪੱਲੀਆਂ ਨਾ ਮੂੰਹ ਪੂੰਝ ਪੂੰਝ ਕੇ ਹੁਣ ਟਿਸ਼ੂ ਮੰਗਦੀ। ਹਾਏ 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 ਹਾਏ। ਹਾਂਜੀ, 2 ਵੱਜ ਚੁੱਕੇ ਹੋਏ ਆ ਜੀ ਤੇ ਬੇਬੇ ਨੂੰ ਜਿਹੜਾ ਨਾ ਮੈਂ ਕਿਹਾ ਸੈਰ ਸਪਾਟਾ ਕਰਾ ਲਈਏ ਮਾੜਾ ਜਿਹਾ। ਬੱਦਲ ਕਦੀ ਆ ਰਹੇ ਨੇ ਕਦੀ ਜਾ ਰਹੇ ਨੇ, ਮੌਸਮ ਬੜਾ ਆ ਸਮੈਕਸੀ ਜਿਹਾ ਆ ਗਿਆ। ਧੋਪੇ ਬਾਹਰ ਗਰਮੀ ਹੋਈ ਹੈ, ਠੰਡਾ ਮੱਠਾ ਹੋ ਰਿਹਾ ਮੌਸਮ ਤੇ ਬੇਬੇ ਨੂੰ ਮੈਂ ਕਿਹਾ ਮਾੜਾ ਜੀ ਇੰਜੋਏ ਕਰਾ ਲਈਏ। ਬੇਬੇ ਨੇ ਬਾਬਾ ਜੀ ਪਰਸੋਂ ਮੈਨੂੰ ਬੜਾ ਵੱਡਾ ਤਾਨਾ ਮਾਰਿਆ ਕਿ ਮੈਨੂੰ ਪੁੱਤਰ ਮੇਰਾ ਬਾਹਰ ਨਹੀਂ ਲੈ ਕੇ ਜਾਂਦਾ। ਮੈਂ ਕਿਹਾ ਅੱਜ ਐਸੀ ਸਿਖਰ ਦੁਪਹਿਰੇ ਬਾਹਰ ਲੈ ਕੇ ਜਾਵਾਂਗਾ ਨਾ ਕਿ ਬਾਹਰ ਦਾ ਦੁਬਾਰਾ ਨਾਂ ਨਹੀਂ ਲੈਣਾ ਬੇਬੇ ਨੇ। ਅੱਜ ਬੇਬੇ ਨੂੰ 2 ਵਜੇ ਸ਼ਹਿਰ ਘੁਮਾਵਾਂਗੇ, ਇੱਕ ਇੱਕ ਗਲੀ ਮੈਂ ਕਹਿੰਦਾ ਗੇੜੀ ਰੂਟ ਲਵਾ ਦੇਣਾ ਬੇਬੇ ਨੂੰ। ਇਹ ਵੇਖ ਲਓ ਹੁਣ ਅੰਦਰ ਫਿਰ ਸਪਰੇਵਾਂ ਛਿੜਕੀ ਜਾ ਰਹੇ ਨੇ ਬੇਬੇ ਛੇਤੀ ਛੇਤੀ। ਬੇਬੇ ਨਿਕਲਦੇ ਬੇਬੇ ਨੂੰ ਲੈ ਕੇ ਚੱਲਦੇ ਹਾਂ ਅੱਜ ਤੇ ਘੁਮਾ ਫਰਾ ਕੇ ਲੈਂਦੇ। ਓਕੇ ਲੋ ਜੀ, ਆ ਗਏ ਏਟੀਐਮ ਮੇ, ਪੈਸੇ ਸ਼ੈਸੇ ਥੋੜ੍ਹੇ ਜਿਹੇ ਕਢਾ ਲਈਏ ਮੈਂ ਕਿਹਾ, ਕਿਉਂਕਿ ਬੇਬੇ ਦਾ ਕੋਈ ਪਤਾ ਨਹੀਂ ਕਿਸ ਟਾਈਮ ਕਿੰਨੇ ਕੁ ਯੂਜ਼ ਕਰ ਲਏ ਤੇ ਇਸ ਵਜ੍ਹਾ ਤੋਂ ਜਦੋਂ ਬੇਬੇ ਮੇਰੇ ਨਾਲ ਬਾਬਾ ਜੀ ਮੈਨੂੰ ਡਰ ਪੈ ਜਾਂਦਾ ਕਿ ਪੈਸੇ ਮੁੱਕ ਨਾ ਜਾਣ, ਇਸ ਵਜ੍ਹਾ ਤੋਂ ਬਾਬਾ ਜੀ ਕਢਾਉਣੇ ਜ਼ਰੂਰੀ ਹੋ ਜਾਂਦੇ ਨੇ ਤੇ ਥੋੜ੍ਹੇ ਜਿਹੇ ਕਢਾ ਲਈਏ। 2, 3, 4 ਓਕੇ ਨਹੀਂ ਮੇਰੇ ਕੋਲ ਨਹੀਂ ਚੱਲ ਕਰਦੇ ਗੁਰ ਗੁਰ ਜਲਦੀ ਜਲਦੀ ਕਰਦੇ ਯਾਰ, ਕਰਮ ਕਰਦੇ ਕਰਮ ਕਰਦੇ। ਸ਼ਾਬਾ 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 ਸ਼ਾਬਾ, ਬਿਸਮਿਲਲਾ ਬਿਸਮਿਲਲਾ। ਆਇਆ ਇੱਧਰ ਜੇ ਬੀ ਹਿੱਲ ਗਈ, ਮੈਸੇਜ ਗੱਤੇ ਆ ਗਿਆ, ਮੈਸੇਜ ਗੱਤੇ ਆ ਗਿਆ। ਜੂਮ ਟਪਕ ਜੂਮ ਜੂਮ। ਲਓ ਜੀ ਮੁੰਡਿਆਂ ਨੂੰ ਲਾ ਲਈ ਰੇਸ, ਵੇਖਦੇ ਕਿਹੜਾ ਬੈਸਟ ਘੁੰਮਾਉਂਦਾ। ਸਪੀਡ ਨਾਲ ਸਪੀਡ ਨਾਲ ਲਾਇਆ ਤਾਂ ਬਹੁਤ ਸਲੋ ਹੈ, ਇਸ ਤਰ੍ਹਾਂ ਘੁੰਮਾ ਜਾਵੇ ਚਿੱਟੇ ਵਾਲੇ ਘੁੰਮਦੇ ਪਏ ਜਿਸ ਤਰ੍ਹਾਂ ਇਹ ਘੁੰਮਾਉਂਦਾ ਉਂਝ। ਦੁਬਾਰਾ 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 1, 2, 3 ਕਰਕੇ 1, 2, 3 ਗੋ। ਨਿੱਕਾ ਜਿੱਥੇ ਗਿਆ ਕੀ ਭਾਈ, ਚਲੋ ਦੁਬਾਰਾ ਤੋਂ 1, 2, 3 ਗੋ। ਨਿੱਕਾ ਹਾਰ ਗਿਆ ਕੀ, ਜਾ ਯਾਰ ਜਵਾਨ ਤੂੰ ਪ੍ਰੈਕਟਿਸ ਕਰ 2 ਮਹੀਨੇ। ਧੁੱਪ ਦੇਖ ਰਹੇ ਹੋ ਨਾ ਬਾਬਾ ਜੀ,
ਅਤੇ ਗਰਮੀ ਦੇਖ ਰਹੇ ਹੋ, ਸ਼ਕਲ ਕੇ ਹਾਲਾਤ ਦੇਖ ਰਹੇ ਹੋ, ਅਹਿਸਾਸਾਤ ਦੇਖ ਰਹੇ ਹੋ ਔਰ ਬਾਈ ਕੇ ਜਜ਼ਬਾਤ ਦੇਖ ਰਹੇ ਹੋ। ਮੈਂ ਕਹਿੰਦਾ ਅੱਗ ਲੱਗ ਗਈ ਹਰ ਸ਼ਹਿਰ। ਓਏ ਹੋਏ ਹੋਏ ਹੋਏ, ਇੰਨੀ ਗਰਮੀ, ਇੰਨੀ ਗਰਮੀ, ਸਮਾਨ ਸਾਰਾ ਆ ਗਿਆ। ਸ਼ੁਕਰ ਅਲਹਮਦੁਲਿਲਾ। ਨਾਸ਼ਤਾ ਵਾਸ਼ਤਾ ਹੋਇਆ? ਨਾਸ਼ਤੇ ਨਾਲ ਫੜੂ ਪੈਸਾ। ਅਤੇ ਇਹ ਵੀ ਨਾਸ਼ਤਾ ਹੀ ਹੈ ਤੁਹਾਨੂੰ? ਮੈਂ ਤਾਂ ਨਾਨ ਚਨੇ ਖਵਾਵਾਂ ਬੇਬੇ ਨੂੰ, ਬੇਬੇ ਦਾ ਕੋਈ ਸਾਜ ਸਾਹ ਆਵੇ। ਆਹ ਫੜੋ, ਇਹ ਵੀ ਫੜ ਲਓ। ਹਾਂ, ਮੇਰੇ ਹੱਥ ਡਿੱਗਣ ਡੇ ਨੇ ਭਾਈ। ਮੂੰਹ ਹੱਥ ਧੋ ਲਈਏ, ਕੋਈ ਪਾਣੀ ਸ਼ਾਣੀ ਪੀ ਲਈਏ ਪਹਿਲੇ। 2000 years later. ਹਲੋ ਜੀ, ਦੁਪਹਿਰ ਮੈਂ ਜਿਹੜਾ ਨਾ ਸੌ ਗਿਆ ਸੀਗਾ 3 ਵਜੇ, ਅਤੇ ਹੁਣ ਵੀ ਮੈਂ ਸੁੱਤਾ ਹੀ ਉੱਠਿਆ ਵਾਂ। ਬਸ ਇੰਝ ਹੈ ਕਿ ਅੱਖ ਲੱਗ ਜਾਂਦੀ, ਖੁੱਲ੍ਹ ਜਾਂਦੀ। ਤਬੀਅਤ ਬੜੀ ਅਜੀਬ ਜਿਹੀ ਹੋਈ ਪਈ। ਮੈਂ ਬੀ ਪੀ ਚੈੱਕ ਕੀਤਾ ਅਤੇ ਬੀ ਪੀ ਜਿਹੜਾ ਨਾ ਘੰਟਾ ਕੁ ਪਹਿਲੇ ਬੀ ਪੀ ਮੇਰਾ ਪਹੁੰਚਿਆ ਪਿਆ ਜੀ 93/65। ਲੋਅ ਬਹੁਤ ਹੈ, ਪਤਾ ਨਹੀਂ ਕਾਹਦੇ ਨਾਲ ਲੋਅ ਹੋ ਗਿਆ। ਅਜੀਬ ਗੱਲ ਹੈ, ਮਤਲਬ ਮੇਰਾ ਸਿਰ ਦਰਦ ਕੀ, ਸਿਰ ਅਜੇ ਵੀ ਦਰਦ ਕੀਤੀ ਜਾ ਰਿਹਾ। ਨੀਂਦ ਵੀ ਨਹੀਂ ਆ ਰਹੀ, ਬਸ ਐਵੇਂ ਅੱਖਾਂ ਬੰਦ ਕਰ ਲਵਾਂ, ਨੀਂਦ ਆ ਰਹੀ ਹੈ। ਠੀਕ ਹੈ, ਕੋਈ 10 ਮਿੰਟ ਬਾਅਦ ਫਿਰ ਅੱਖ ਖੁੱਲ੍ਹ ਜਾਂਦੀ। ਸਿਰ ਸ਼ਦੀਦ ਦਰਦ ਕੀਤੀ ਜਾ ਰਿਹਾ ਅਤੇ ਘਬਰਾਹਟ ਜਿਹੀ ਹੋਣ ਡੀ। ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀ ਅਤੇ ਹੁਣ ਬਾਬਾ ਜੀ AC ਚਲਾਇਆ। ਮੈਂ ਕਿਹਾ ਪੂਰਾ ਅੱਗ ਜਿਹੜਾ ਨਾ ਠੰਡਾ ਹੋਵੇ, ਅਤੇ ਆ ਕਹਿੰਦੇ ਅੱਗੇ ਪਹਿਲਾਂ ਹਾਲਾਂਕਿ ਬਾਹਰ ਠੰਡਾ ਹੈ ਲੇਕਿਨ ਫਿਰ ਵੀ ਨਾ ਘਬਰਾਹਟ ਜਿਹੀ ਹੋਈ ਜਾ ਰਹੀ, ਘਬਰਾਹਟ ਜਿਹੀ ਹੋਈ ਜਾ ਰਹੀ। AC ਦੀ ਜ਼ਰੂਰਤ ਨਹੀਂ ਸੀ, ਹੁਣ ਚਲਾਇਆ। ਮੈਂ ਕਿਹਾ ਇੱਥੇ ਪਹਿਲਾਂ ਝੱਟ, ਅਤੇ ਹੁਣ ਜਿਹੜਾ ਨਾ ਸੋਨੇ ਆ ਝੱਟ, ਕੀ ਪਤਾ ਨੀਂਦ ਆ ਜਾਵੇ। ਨੀਂਦ ਆ ਰਹੀ ਹੈ ਲੇਕਿਨ ਇਹ ਕਿ 5-7 ਮਿੰਟ ਨੀਂਦ ਆ ਨਹੀਂ ਰਹੀ, ਕੋਈ ਖਾਸ ਨਾ ਰੈਗੂਲਰ ਨਹੀਂ ਆਉਣ ਡੀ। ਅਤੇ ਬਸ ਸਿਰ ਫਟੀ ਜਾ ਰਿਹਾ ਅਤੇ ਘਬਰਾਹਟ ਜਿਹੀ ਹੋਈ ਜਾ ਰਹੀ। ਬੀ ਪੀ ਲੋਅ ਹੋ ਗਿਆ, ਪਤਾ ਨਹੀਂ ਕਾਹਦੇ ਨਾਲ ਬੀ ਪੀ ਲੋਅ ਹੋ ਗਿਆ। ਬੀ ਪੀ ਕਦੀ ਲੋਅ ਹੋਇਆ ਨਹੀਂ ਵੈਸੇ ਮੇਰਾ, ਬੀ ਪੀ ਫਿਟ ਰਹਿੰਦਾ। ਕਦੀ ਕਿਦਾਰ ਮੇਰਾ ਜ਼ਿਆਦਾ ਸਿਰ ਦਰਦ ਹੋਵੇ ਨਾ ਤਾਂ ਮੇਰਾ ਬੀ ਪੀ ਹਾਈ ਹੋ ਜਾਂਦਾ ਹੁੰਦਾ, ਲੋਅ ਨਹੀਂ ਹੋਇਆ, ਲੇਕਿਨ ਅੱਜ ਲੋਅ ਹੋ ਗਿਆ। ਅਜੀਬ ਰੌਲਾ। ਚਲੋ ਠੀਕ ਹੈ, ਅੱਲਾ ਪਾਕ ਖੈਰ ਕਰੇਗਾ, ਇਨਸ਼ਾਅੱਲਾ ਸੁਬਹ ਮਿਲਦੇ ਹਾਂ। ਠੀਕ ਹੈ, ਅਤੇ ਭਰਾ ਨੂੰ ਦਿਓ ਇਜਾਜ਼ਤ। ਵੀਡੀਓ ਅੱਛੀ ਲੱਗੀ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਕਰੋ ਸਬਸਕ੍ਰਾਈਬ। ਇਨਸ਼ਾਅੱਲਾ ਸੁਬਹ ਮਿਲਦੇ ਹਾਂ, ਦੁਆਵਾਂ 'ਚ ਰੱਖਿਆ ਯਾਦ। ਅਤੇ ਅੱਲਾ ਹਾਫਿਜ਼, ਬਾਏ ਬਾਏ।